ਹਾਂਜੀ ਨਮਸਕਾਰ ਜੀ। ਪਠਾਨਕੋਟ ਟ੍ਰੈਫਿਕ ਪੁਲਿਸ ਵੱਲੋਂ ਆਪਣੇ ਪਠਾਨਕੋਟ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਢਾਂਗੂ ਰੋਡ ਜੋ ਰੇਲਵੇ ਫਾਟਕ ਹੈ ਉਹਦਾ 18 ਤਰੀਕ 10 ਵਜੇ ਤੋਂ ਲੈ ਕੇ 19 ਤਰੀਕ ਸ਼ਾਮ ਦੇ 8 ਵਜੇ ਤੱਕ ਰੇਲਵੇ ਫਾਟਕ ਦਾ ਕੰਮ ਚੱਲੇਗਾ ਜੀ। ਉਹਦੇ ਵਾਸਤੇ ਆਪਾਂ ਡਿਵਰਸ਼ਨ ਪਲਾਨ ਜਿਹੜਾ ਉਹ ਸਾਡਾ ਇਸ ਤਰ੍ਹਾਂ, ਜਿਨ੍ਹਾਂ ਨੇ ਢਾਂਗੂ ਰੋਡ ਤੋਂ ਲਾਈਟਾਂ ਵਾਲੇ ਚੌਂਕ ਨੂੰ ਜਾਣਾ ਉਹ ਪੀਰ ਬਾਬਾ ਚੌਂਕ ਤੋਂ ਪਟੇਲ ਚੌਂਕ ਤੋਂ ਕਾਲੀ ਮਾਤਾ ਮੰਦਰ ਰਸਤੇ ਹੋ ਕੇ ਜਾਏਗਾ ਜੀ। ਜਿਨ੍ਹਾਂ ਨੇ ਮੁੜ ਕੇ ਢਾਂਗੂ ਰੋਡ ਨੂੰ ਜਾਣਾ ਉਹ ਵੀ ਇਸੇ ਤਰ੍ਹਾਂ ਹੀ ਕਾਲੀ ਮਾਤਾ ਮੰਦਰ ਤੋਂ ਪਟੇਲ ਚੌਂਕ ਤੋਂ ਢਾਂਗੂ ਰੋਡ ਨੂੰ ਆਏਗਾ ਜੀ। ਹਾਂਜੀ ਨਮਸਕਾਰ ਜੀ। ਪਠਾਨਕੋਟ ਟ੍ਰੈਫਿਕ ਪੁਲਿਸ ਵੱਲੋਂ ਆਪਣੇ ਪਠਾਨਕੋਟ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਢਾਂਗੂ ਰੋਡ ਜੋ ਰੇਲਵੇ ਫਾਟਕ ਹੈ ਉਹਦਾ 18 ਤਰੀਕ 10 ਵਜੇ ਤੋਂ ਲੈ ਕੇ 19 ਤਰੀਕ ਸ਼ਾਮ ਦੇ 8 ਵਜੇ ਤੱਕ ਰੇਲਵੇ ਫਾਟਕ ਦਾ ਕੰਮ ਚੱਲੇਗਾ ਜੀ। ਉਹਦੇ ਵਾਸਤੇ ਆਪਾਂ ਡਿਵਰਸ਼ਨ ਪਲਾਨ ਜਿਹੜਾ ਉਹ ਸਾਡਾ ਇਸ ਤਰ੍ਹਾਂ, ਜਿਨ੍ਹਾਂ ਨੇ ਢਾਂਗੂ ਰੋਡ ਤੋਂ ਲਾਈਟਾਂ ਵਾਲੇ ਚੌਂਕ ਨੂੰ ਜਾਣਾ ਉਹ ਪੀਰ ਬਾਬਾ ਚੌਂਕ ਤੋਂ ਪਟੇਲ ਚੌਂਕ ਤੋਂ ਕਾਲੀ ਮਾਤਾ ਮੰਦਰ ਰਸਤੇ ਹੋ ਕੇ ਜਾਏਗਾ ਜੀ। ਜਿਨ੍ਹਾਂ ਨੇ ਮੁੜ ਕੇ ਢਾਂਗੂ ਰੋਡ ਨੂੰ ਜਾਣਾ ਉਹ ਵੀ ਇਸੇ ਤਰ੍ਹਾਂ ਹੀ ਕਾਲੀ ਮਾਤਾ ਮੰਦਰ ਤੋਂ ਪਟੇਲ ਚੌਂਕ ਤੋਂ ਢਾਂਗੂ ਰੋਡ ਨੂੰ ਆਏਗਾ ਜੀ। ਹਾਂਜੀ ਨਮਸਕਾਰ ਜੀ। ਪਠਾਨਕੋਟ ਟ੍ਰੈਫਿਕ ਪੁਲਿਸ ਵੱਲੋਂ ਆਪਣੇ ਪਠਾਨਕੋਟ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਢਾਂਗੂ ਰੋਡ ਜੋ ਰੇਲਵੇ ਫਾਟਕ ਹੈ ਉਹਦਾ 18 ਤਰੀਕ 10 ਵਜੇ ਤੋਂ ਲੈ ਕੇ 19 ਤਰੀਕ ਸ਼ਾਮ ਦੇ 8 ਵਜੇ ਤੱਕ ਰੇਲਵੇ ਫਾਟਕ ਦਾ ਕੰਮ ਚੱਲੇਗਾ ਜੀ। ਉਹਦੇ ਵਾਸਤੇ ਆਪਾਂ ਡਿਵਰਸ਼ਨ ਪਲਾਨ ਜਿਹੜਾ ਉਹ ਸਾਡਾ ਇਸ ਤਰ੍ਹਾਂ, ਜਿਨ੍ਹਾਂ ਨੇ ਢਾਂਗੂ ਰੋਡ ਤੋਂ ਲਾਈਟਾਂ ਵਾਲੇ ਚੌਂਕ ਨੂੰ ਜਾਣਾ ਉਹ ਪੀਰ ਬਾਬਾ ਚੌਂਕ ਤੋਂ ਪਟੇਲ ਚੌਂਕ ਤੋਂ ਕਾਲੀ ਮਾਤਾ ਮੰਦਰ ਰਸਤੇ ਹੋ ਕੇ ਜਾਏਗਾ ਜੀ। ਜਿਨ੍ਹਾਂ ਨੇ ਮੁੜ ਕੇ ਢਾਂਗੂ ਰੋਡ ਨੂੰ ਜਾਣਾ ਉਹ ਵੀ ਇਸੇ ਤਰ੍ਹਾਂ ਹੀ ਕਾਲੀ ਮਾਤਾ ਮੰਦਰ ਤੋਂ ਪਟੇਲ ਚੌਂਕ ਤੋਂ ਢਾਂਗੂ ਰੋਡ ਨੂੰ ਆਏਗਾ ਜੀ।